ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਾਬਾ ਜਵਾਹਰ ਜੀ ਦੇ ਤਪ ਅਸਥਾਨ ਹਰੀਪੁਰ ਸਾਹਿਬ, ਅਤੇ ਉਸ ਤੋਂ ਬਾਅਦ ਸਿੱਧਾ ਬਾਬਾ ਜੀ ਦੇ ਉੱਪਰਲੇ ਅਸਥਾਨ ਜੌੜ ਜੀ, ਜਿੱਥੇ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਦੁਨੀਆ ਨੂੰ, ਪਰ ਫਿਰ ਵੀ ਅਸੀਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ। ਸੋ ਵੀਡੀਓ ਵਿੱਚ ਬਣੇ ਰਹੋ, ਧਿਆਨ ਨਾਲ ਦੇਖਿਓ। ਅਸੀਂ ਚੰਡੀਗੜ੍ਹ ਦੇ ਲਾਗੇ ਬੱਦੀ ਵਾਲੇ ਰੋਡ 'ਤੇ ਘੁੰਮ ਰਹੇ ਹਾਂ। ਰੋਡ ਤਕਰੀਬਨ ਸਾਰੇ ਵਧੀਆ ਹਨ ਇੱਥੋਂ। ਹੁਣ ਅਸੀਂ ਇਹ ਜੇ ਤੁਸੀਂ ਵੱਡਾ ਸਾਰਾ ਗੇਟ ਦੇਖ ਰਹੇ ਹੋ, ਬਾਬਾ ਹਰੀਪੁਰ ਵਾਲੇ ਜੀ ਦਾ ਗੇਟ ਹੈ ਜੀ ਇਹ ਅਸੀਂ ਰੋਡ ਪਾਰ ਕਰਕੇ ਜਾਣਾ ਹੈ। ਤੁਸੀਂ ਵੀ ਧਿਆਨ ਨਾਲ ਦੇਖਿਓ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਅਤੇ ਤੁਸੀਂ ਆਉਣਾ ਵੀ ਹੋਇਆ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ, ਥੋੜ੍ਹੀ ਬਹੁਤੀ ਰੋਡ ਦੀ ਪਛਾਣ ਹੋ ਜਾਂਦੀ ਹੈ। ਕੋਈ ਨਾ ਕੋਈ ਜਾਣਕਾਰੀ ਵੀਡੀਓ ਵਿੱਚ ਤੋਂ ਤੁਹਾਨੂੰ ਮਿਲੇਗੀ ਜ਼ਰੂਰ। ਸੋ ਵੀਡੀਓ ਵਿੱਚ ਬਣੇ ਰਹੋ, ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਜ਼ਰੂਰ ਕਰਕੇ ਦੱਸਿਓ, ਅਤੇ ਆਪਣੇ ਸ਼ੇਅਰ ਵੀ ਜ਼ਰੂਰ ਕਰਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਸੋ ਇਹ ਦੋ ਰੋਡ ਜਾਂਦੇ ਹਾਂ, ਖੱਬੇ ਪਾਸੇ ਵਾਲਾ ਰੋਡ ਆਪਾਂ ਨੇ ਚੜ੍ਹ ਜਾਣਾ ਹੈ, ਸਿੱਧਾ ਹਰੀਪੁਰ ਸਾਹਿਬ ਨੂੰ ਜਾਂਦਾ ਹੈ ਰੋਡ। ਜਿਹੜਾ ਮੇਰਾ ਵੀਰ ਚੰਡੀਗੜ੍ਹ ਦੇ ਨੇੜੇ ਰਹਿੰਦਾ ਹੈ, ਉਹਨਾਂ ਨੂੰ ਤਾਂ ਪਹਾੜਾਂ 'ਤੇ ਘੁੰਮਣਾ ਵੀ ਹੋਇਆ ਤੁਸੀਂ ਤਾਂ ਇੱਧਰ ਜ਼ਰੂਰ ਆ ਕੇ ਜਾਇਓ, ਅਤੇ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਲਿਆਇਓ। ਜਿਹੜੇ ਕਹਿੰਦੇ ਹਨ ਅਸੀਂ ਪਹਾੜਾਂ 'ਚ ਘੁੰਮਣ ਜਾਣਾ ਹੈ, ਇੱਧਰ ਬਹੁਤ ਵਧੀਆ ਪਹਾੜਾਂ ਵਿੱਚ ਹਵਾ ਪਾਣੀ ਬਹੁਤ ਵਧੀਆ ਹੈ, ਇੱਧਰ ਲਿਆਇਆ ਕਰੋ, ਨੇੜੇ ਦੀ ਨੇੜੇ ਹੈ, ਅਤੇ ਆਪਣਾ ਇੱਕ ਡੇਢ ਘੰਟੇ ਦਾ ਸਾਰਾ ਸਫ਼ਰ ਹੈ ਆਪਣਾ। ਸਵੇਰੇ ਆਇਆ ਹੋਇਆ ਬੰਦਾ ਸ਼ਾਮ ਤੱਕ ਆਰਾਮ ਨਾਲ ਘਰ ਵਾਪਸ ਚਲੇ ਜਾਂਦਾ ਹੈ। ਸੋ ਦੇਖੋ ਰੋਡ ਤੁਸੀਂ ਦੇਖ ਸਕਦੇ ਹੋ, ਰੋਡ ਸਾਰੇ ਵਧੀਆ ਹੀ ਹਨ, ਕੋਈ ਰੋਡ ਖਰਾਬ ਨਹੀਂ ਹੈ। ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ ਬਾਬਾ ਜੀ ਦੀ ਜਗ੍ਹਾ ਬਾਰੇ, ਅਸੀਂ ਹਰੀਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਸੀ, ਪਰ ਸ਼ਰਧਾਲੂਆਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਬਾਬਾ ਜੀ ਦਾ ਜੋ ਸਥਾਨ ਹੈ ਉਹ ਹਰੀਪੁਰ ਸਾਹਿਬ ਤੋਂ ਉੱਪਰ ਵੀ ਬਣਿਆ ਹੋਇਆ ਹੈ। ਫਿਰ ਅਸੀਂ ਇੱਕ ਵਾਰ ਗਏ ਉੱਥੇ, ਸਾਡਾ ਮਨ ਹੋਇਆ ਕਿ ਕਿਉਂ ਨਾ ਸਾਡੇ ਸਬਸਕ੍ਰਾਈਬਰ ਆ ਜਿਹੜੇ ਉਹਨਾਂ ਨੂੰ ਦਿਖਾਇਆ ਜਾਵੇ, ਸਥਾਨ ਬਹੁਤ ਵਧੀਆ ਜਗ੍ਹਾ ਬਣਿਆ ਹੋਇਆ ਹੈ, ਬਹੁਤ ਠੰਡਾ ਠੰਡਾ ਮੌਸਮ ਹੈ ਪਹਾੜ ਦਾ, ਕਾਫੀ ਉਚਾਈ 'ਤੇ ਬਣਿਆ ਹੋਇਆ ਹੈ, ਸਾਰੀ ਸੜਕਾਂ ਵੀ ਬਹੁਤ ਵਧੀਆ ਹਨ ਬਣੀਆਂ ਹੋਈਆਂ। ਤਾਂ ਸਾਡਾ ਦਿਲ ਕੀਤਾ ਕਿ ਜ਼ਰੂਰ ਆਪਣੇ ਸਬਸਕ੍ਰਾਈਬਰਾਂ ਨੂੰ ਦਿਖਾਇਆ ਜਾਵੇ, ਆਪਣੇ ਫੈਮਿਲੀ ਮੈਂਬਰਾਂ ਨੂੰ, ਤਾਂ ਜੋ ਉਹਨਾਂ ਨੇ ਇੱਥੇ ਆਉਣਾ ਹੋਇਆ ਤਾਂ ਜ਼ਰੂਰ ਆ ਸਕਣ। ਰਹਿਣੇ ਦੀ ਵੀ ਵਿਵਸਥਾ ਬਹੁਤ ਵਧੀਆ ਹੈ ਇਸ ਸਥਾਨ 'ਤੇ, ਬਾਕੀ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋ, ਕੋਈ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਹੈ ਸਥਾਨ ਦੀ। ਰੋਡ ਸਾਰੇ ਵਧੀਆ ਹਨ, ਮੌਸਮ ਵੀ ਠੀਕ ਹੈ, ਦੇਖੋ ਧੁੱਪਾਂ ਨਿਕਲੀ ਹੋਈ ਹੈ, ਪਰ ਫਿਰ ਵੀ ਜਦੋਂ ਆਪਾਂ ਪਹਾੜਾਂ 'ਤੇ ਜਾਂਦੇ ਹਾਂ ਤਾਂ ਇੰਨਾ ਕੁਛ ਠੰਡਾ ਨਹੀਂ, ਠੰਡਾ ਤਾਂ ਮਹਿਸੂਸ ਹੁੰਦਾ ਪਰ ਗਰਮੀ ਨਹੀਂ ਮਹਿਸੂਸ ਹੁੰਦੀ। ਦੇਖੋ ਜਿਹੜੇ ਮਨਾਲੀ ਜਾਂਦੇ ਹਾਂ ਜਾਂ ਮਨੀਕਰਨ ਸਾਹਿਬ ਜਾਂਦੇ ਹਾਂ ਤਾਂ ਤੁਸੀਂ ਇੱਧਰ ਵੀ ਆ ਸਕਦੇ ਹੋ ਮੱਥਾ ਟੇਕਣ, ਇੱਧਰ ਬਹੁਤ ਵਧੀਆ ਸਥਾਨ ਬਣਿਆ ਹੋਇਆ ਹੈ। ਹੁਣ ਤੁਸੀਂ ਦੇਖ ਲਓ ਅਸੀਂ, ਸਾਨੂੰ ਕਿੰਨੀ ਕੁ ਦੇਰ ਹੋਈ ਹੈ ਚੱਲਿਆਂ ਨੂੰ, ਪਰ ਫਿਰ ਵੀ ਅਸੀਂ ਕੁਛ ਵੀਡੀਓ ਦੇ ਪਾਰਟ ਕੱਟ ਵੀ ਦਿੱਤੇ ਹਨ, ਡਰਾਈਵਿੰਗ ਕਰਨੀ ਸੀ। ਉਹ ਸਾਹਮਣੇ ਜੋ ਤੁਸੀਂ ਬਿਲਡਿੰਗ ਦੇਖ ਰਹੇ ਹੋ ਬਾਬਾ ਹਰੀਪੁਰ ਸਾਹਿਬ ਵਾਲਿਆਂ ਦੀ ਹੈ,
ਇਹ ਹਰੀਪੁਰ ਸਾਹਿਬ ਸਥਾਨ ਹੈ। ਤੋ ਇਸ ਤੋਂ ਸਿੱਧਾ ਰਸਤਾ ਜਾਂਦਾ ਹੈ ਉੱਪਰ, ਘੰਟੇ ਅੱਧੇ ਪੌਣੇ ਘੰਟੇ ਦਾ ਹੋਊਗਾ ਰਸਤਾ ਜੀ। ਬਸ ਸਿੱਧਾ ਆਪਾਂ ਨੇ ਜਵਾਹਰ ਜੀ ਪਹੁੰਚਣਾ, ਜੌੜ ਜੀ, ਬਾਬਾ ਜਵਾਹਰ ਜੀ ਦੇ ਸਥਾਨ 'ਤੇ। ਕਿਹਾ ਜਾਂਦਾ ਹੈ ਇਸ ਸਥਾਨ 'ਤੇ ਬਾਬਾ ਜੀ ਦੇ ਗੁਰੂ ਨਾਨਕ ਦੇਵ ਜੀ ਆਏ ਹੋਏ ਸਨ ਅਤੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਨੂੰ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਨੇ ਕੌਡੇ ਰਾਕਸ਼ ਦਾ ਉਧਾਰ ਉਸੇ ਸਥਾਨ 'ਤੇ ਕੀਤਾ ਸੀ। ਅਸੀਂ ਸਿਰਫ ਥੋੜ੍ਹੀ ਥੋੜ੍ਹੀ ਵੀਡੀਓ ਪਾਈ ਹੈ, ਪਰ ਅਸੀਂ ਅੱਗੇ ਜਾ ਕੇ ਪੂਰੀ ਵੀਡੀਓ ਡਿਟੇਲ ਨਾਲ ਵੀ ਪਾਵਾਂਗੇ। ਪਰ ਹਲੇ ਤੁਸੀਂ ਇਹ ਵੀਡੀਓ ਦੇਖ ਲਿਓ, ਜੇ ਕਿਸੇ ਤੁਸੀਂ ਆਉਣਾ ਹੋਇਆ ਤਾਂ ਤੁਹਾਡਾ ਗੇੜਾ ਲੱਗਿਆ ਤਾਂ ਤੁਸੀਂ ਆ ਸਕਦੇ ਹੋ। ਬਹੁਤ ਵਧੀਆ ਹੈ ਇੱਧਰ ਨੂੰ ਆਉਣਾ, ਠੰਡੇ ਇਲਾਕੇ ਦਾ ਠੰਡਾ ਇਲਾਕਾ ਹੈ, ਨਾਲੇ ਮੱਥਾ ਟੇਕੋ, ਆਪਣਾ ਰਹਿਣ ਦਾ ਵਿਵਸਥਾ ਵੀ ਬਹੁਤ ਵਧੀਆ ਹੈ। ਸੋ ਆਓ ਆਪਾਂ ਚੱਲਦੇ ਹਾਂ ਅੱਗੇ। ਇਹ ਦੇਖੋ ਜੋ ਪਿਛਲੀਆਂ ਬਰਸਾਤਾਂ ਹੋਈਆਂ ਸਨ, ਕਾਫੀ ਮੀਂਹ ਪਏ ਸਨ, ਉਹਨਾਂ ਕਰਕੇ ਥੋੜ੍ਹਾ ਬਹੁਤਾ ਰਸਤਾ ਖਰਾਬ ਹੋ ਗਿਆ ਹੈ, ਨਹੀਂ ਤਾਂ ਰਸਤਾ ਬਹੁਤ ਵਧੀਆ ਬਣਿਆ ਹੋਇਆ ਹੈ। ਇੱਥੋਂ ਹਰੀਪੁਰ ਵਾਲਿਆਂ ਦੀ ਸਥਾਨ ਆ ਜੋ ਸ਼ੁਰੂ ਹੋ ਜਾਂਦਾ ਹੈ, ਬਿਲਡਿੰਗ ਇਹ ਸਾਰੀ ਹਰੀਪੁਰ ਵਾਲੇ ਬਾਬਾ ਜੀ ਦੀ ਬਿਲਡਿੰਗ ਹੈ। ਦੇਖੋ ਕਾਫੀ ਸਥਾਨ ਵਧੀਆ ਬਣਿਆ ਹੋਇਆ ਹੈ। ਆਪਣੇ ਪਿਆਰੇ ਪੁਆਰੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹ ਜੋ ਰਸਤਾ ਜਾਂਦਾ ਹੈ ਖੱਬੇ ਪਾਸੇ ਨੂੰ, ਇਹਦੇ ਬਾਰੇ ਸਾਨੂੰ ਹਲੇ ਕੁਝ ਪਤਾ ਨਹੀਂ ਹੈ ਕਿੱਧਰ ਨੂੰ ਜਾਂਦਾ ਹੈ, ਅਸੀਂ ਵੀ ਨਵੇਂ ਨਵੇਂ ਹਾਂ ਇਸ ਸਥਾਨ 'ਤੇ। ਇਹ ਜੋ ਖੱਬੇ ਪਾਸੇ ਨੂੰ ਹਰੀਪੁਰ ਸਾਹਿਬ ਨੂੰ ਰਸਤਾ ਮੁੜ ਜਾਂਦਾ ਹੈ, ਪਰ ਪਹਿਲਾਂ ਆਪਾਂ ਬਾਬਾ ਜੌੜ ਜੀ ਜਾਵਾਂਗੇ, ਬਾਬਾ ਜਵਾਹਰ ਜੀ ਦੇ ਸਥਾਨ 'ਤੇ, ਫਿਰ ਉੱਥੋਂ ਮੱਥਾ ਟੇਕ ਕੇ ਮੁੜ ਕੇ ਆਉਂਦੇ ਹੋਏ ਇਸ ਸਥਾਨ 'ਤੇ ਦਰਸ਼ਨ ਕਰਕੇ ਜਾਵਾਂਗੇ। ਇਸ ਸਥਾਨ ਤੋਂ 8-9 ਕਿਲੋਮੀਟਰ ਇੱਕ ਪੱਟਾ ਸ਼ਹਿਰ ਆਉਂਦਾ ਹੈ, ਉਸ ਤੋਂ ਬਾਅਦ ਫਿਰ ਜੌੜ ਜੀ ਆਉਂਦਾ ਹੈ। ਜਦੋਂ ਅਸੀਂ ਪਹਿਲੀ ਵਾਰੀ ਗਏ ਸਾਡਾ ਤਾਂ ਮਨ ਹੀ ਬਹੁਤ ਲੱਗਿਆ ਉੱਥੇ, ਬਹੁਤ ਵਧੀਆ ਲੱਗਿਆ ਉੱਥੇ, ਸਾਰਾ ਸਿਸਟਮ ਸੀ, ਖਾਣਾ ਪੀਣਾ ਜੋ ਵੀ ਹੈ, ਰਹਿਣਾ, ਵਾਤਾਵਰਨ ਬਹੁਤ ਵਧੀਆ ਸੀਗਾ। ਸਾਡਾ ਵੀਡੀਓ ਪਾਉਣ ਦਾ ਮਕਸਦ ਵੀ ਇਹੀ ਸੀ, ਜੋ ਸਾਨੂੰ ਵਧੀਆ ਲੱਗਦਾ ਹੈ ਆਪਣੇ ਸਬਸਕ੍ਰਾਈਬਰਾਂ ਨੂੰ, ਆਪਣੇ ਫੈਮਿਲੀ ਮੈਂਬਰਾਂ ਨੂੰ ਜ਼ਰੂਰ ਦਿਖਾਇਆ ਜਾਵੇ। ਤੋ ਇਸੇ ਮਕਸਦ ਨਾਲ ਅਸੀਂ ਵੀਡੀਓ ਪਾ ਰਹੇ ਹਾਂ ਅਤੇ ਜੋ ਜੋ ਵਧੀਆ ਲੋਕੇਸ਼ਨਾਂ ਹਨ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਇਹ ਵਿੱਚ ਨੂੰ ਨਦੀ ਜਾਂਦੀ ਹੈ ਜੀ, ਪੁਲ ਲੱਗਿਆ ਹੋਇਆ ਹੈ। ਇਹ ਥੋੜ੍ਹਾ ਬਹੁਤਾ ਰਸਤਾ ਹਲੇ ਖਰਾਬ ਹੈ, ਕੰਮ ਚੱਲ ਰਿਹਾ ਜਦ ਤੱਕ ਇਹ ਵੀ ਕੰਮ ਹੋ ਜਾਣਾ ਠੀਕ, ਸਾਰਾ ਵਧੀਆ ਹੋ ਜਾਣਾ ਰਸਤਾ। ਹੁਣ ਅਸੀਂ ਇੱਕ ਜਗ੍ਹਾ ਰੁਕੇ ਸੀਗੇ, ਦੇਖੋ ਤੁਹਾਨੂੰ ਕੁਦਰਤੀ ਪਾਣੀ ਦਾ ਸਰੋਤ ਦਿਖਾਈਏ, ਦੇਖੋ ਕਿੰਨਾ ਸਾਫ਼ ਪਾਣੀ ਹੈ, ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ, ਕ੍ਰਿਸਟਲ ਕਲੀਅਰ ਪੂਰਾ ਪਾਣੀ ਪਿਆ ਹੈ ਜੀ।
ਅਸੀਂ ਅੱਗੇ ਚੱਲ ਪਏ ਹਾਂ। 5-7 ਮਿੰਟ ਆਰਾਮ ਕਰਨ ਤੋਂ ਬਾਅਦ ਅਸੀਂ ਅੱਗੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ ਜੀ। ਸੋ ਅੱਜ ਦਿਨ ਸੋਮਵਾਰ ਹੈ, ਮੰਡੇ, ਤੋ ਇਸ ਲਈ ਸੰਗਤ ਬਹੁਤ ਘੱਟ ਹੋਵੇਗੀ ਅਤੇ ਰਸਤਾ ਵੀ ਖਾਲੀ ਹੈ, ਤਕਰੀਬਨ ਬਹੁਤੀ ਡਿਸਟਰਬੈਂਸ ਨਹੀਂ ਹੋਵੇਗੀ ਆਪਾਂ ਨੂੰ ਜਾਣ ਨੂੰ। ਰਸਤਾ ਸਾਨੂੰ ਬਹੁਤ ਵਧੀਆ ਲੱਗਿਆ, ਦੇਖੋ ਜਿਹੜੇ ਆਪਣੇ ਵਾਲੇ ਇਲਾਕੇ ਹੁੰਦੇ ਹਨ, ਜੇ ਕਿਧਰੇ ਨੂੰ ਜਾਈਏ ਤਾਂ ਰਸਤਾ ਮੁੱਕਣ ਦਾ ਨਾਮ ਹੀ ਨਹੀਂ ਲੈਂਦਾ, ਇੱਕੋ ਸਿੱਧਾ ਹੀ ਰਸਤਾ ਆਈ ਜਾਂਦਾ ਹੈ। ਪਰ ਜਦੋਂ ਆਪਾਂ ਪਹਾੜਾਂ ਵਿੱਚ ਜਾਂਦੇ ਹਾਂ, ਪਹਾੜਾਂ ਵਾਲਾ ਰਸਤਾ ਸਾਨੂੰ ਬਹੁਤ ਵਧੀਆ ਲੱਗਦਾ ਹੈ, ਮੋੜ ਘੇੜ ਜੋ ਹੁੰਦੇ ਹਨ। ਇਸ ਲਈ ਅਸੀਂ ਪਹਾੜਾਂ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਹਾਂ, ਮੌਸਮ ਵੀ ਬਹੁਤ ਵਧੀਆ ਹੁੰਦਾ ਹੈ। ਇਹ ਦੇਖੋ ਲਿਖਿਆ ਹੋਇਆ ਜਵਾਹਰ ਜੀ, ਇੱਧਰਲੇ ਪਾਸੇ ਨੂੰ ਖੱਬੇ ਪਾਸੇ ਨੂੰ ਰਸਤਾ ਜਾਂਦਾ ਜਵਾਹਰ ਜੀ ਦੇ ਚੌੜ ਜੀ ਲਿਖਿਆ ਹੋਇਆ ਹੈ, ਬਾਬਾ ਜਵਾਹਰ ਜੀ ਦਾ ਸਥਾਨ ਹੈ ਜੋ। ਦੇਖੋ ਮੈਨੂੰ ਲੱਗਦਾ ਵੋਟਾਂ ਪੈ ਰਹੀਆਂ ਹਨ ਇਸ ਸਥਾਨ 'ਤੇ, ਇਸ ਲਈ ਇਹਨਾਂ ਨੇ ਥੋੜ੍ਹੇ ਜਿਹੇ ਆਪਣੇ ਨਿਸ਼ਾਨ ਲਗਾਏ ਹੋਏ ਹਨ ਵੋਟਿੰਗ ਦੇ। ਚਲੋ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ, ਸਾਨੂੰ ਕੋਈ ਮਤਲਬ ਨਹੀਂ ਹੈ ਇਹਨਾਂ ਦਾ। ਆਪਾਂ ਆਪਣਾ ਜੋ ਵੀਡੀਓ ਪਾਉਣ ਦਾ ਮਕਸਦ ਹੈ, ਵੀਡੀਓ ਪਾਈਏ ਅਤੇ ਤੁਹਾਨੂੰ ਵਧੀਆ ਵਧੀਆ ਸਥਾਨਾਂ ਦੇ ਦਰਸ਼ਨ ਕਰਵਾਈਏ। ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹਾਂਗਾ ਕਿ ਉਸ ਬਾਬਾ ਜੀ ਦੇ ਸਥਾਨ 'ਤੇ ਵੀਡੀਓ ਬਣਾਉਣੀ ਅਲਾਊਡ ਨਹੀਂ ਹੈ, ਪਰ ਜਿੰਨਾ ਕੁ ਸਾਨੂੰ ਪਰਮਿਸ਼ਨ ਹੋਈ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ। ਤੁਸੀਂ ਬਾਕੀ ਅੰਦਾਜ਼ਾ ਲਗਾ ਲਿਓ, ਜੇ ਕਿਤੇ ਆਉਣਾ ਹੋਇਆ ਤਾਂ ਆਪਣਾ ਤੁਸੀਂ ਦਰਸ਼ਨ ਕਰਕੇ ਜਾਇਓ। ਹਲੇ ਕੋਈ ਬਰਸਾਤ ਨਹੀਂ ਪਈ, ਬਾਰਿਸ਼ ਨਹੀਂ ਹੋਈ, ਇਸ ਲਈ ਸਾਰਾ ਇਲਾਕਾ ਸੁੱਕਾ ਪਿਆ ਹੈ। ਇਹ ਜੋ ਦਰਖਤ ਹੈ, ਕਿਹਾ ਜਾਂਦਾ ਕਿ ਇਸ ਦਾ ਕੁਛ ਕੋਈ ਦੇਸੀ ਦਵਾਈ ਬਣਦੀ ਹੈ, ਪਰ ਸਾਨੂੰ ਇੰਨੀ ਨੌਲੇਜ ਨਹੀਂ ਹੈ। ਜੇ ਕਿਸੇ ਨੂੰ ਪਤਾ ਵੀ ਇਹ ਕਿਹੜੀ ਦਵਾਈ ਬਣਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਦੇਖੋ ਧਿਆਨ ਨਾਲ ਦੇਖਿਓ ਕਿਹੜਾ ਦਰਖਤ ਹੈ ਇਹ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ। ਲਓ ਜੀ, ਆ ਰਸਤਾ ਹੀ ਬਹੁਤ ਵਧੀਆ ਲੱਗਦਾ ਹੈ, ਬਹੁਤ ਮਨ ਖੁਸ਼ ਹੁੰਦਾ ਇੱਥੇ ਆ ਕੇ। ਦੇਖੋ ਧੁੱਪਾਂ ਵੀ ਇੰਨੀ ਹੈ, ਫਿਰ ਵੀ ਇੰਨੀ ਗਰਮੀ ਮਹਿਸੂਸ ਨਹੀਂ ਹੁੰਦੀ ਜਿੰਨੀ ਆਪਣੇ ਪੰਜਾਬ ਵਿੱਚ ਹੁੰਦੀ ਹੈ। ਪੰਜਾਬ ਵਿੱਚ ਤਾਂ ਆਪਾਂ ਖੜ੍ਹ ਨਹੀਂ ਸਕਦੇ ਧੁੱਪਾਂ ਵਿੱਚ, ਪਰ ਇੱਧਰ ਹਵਾਵਾਂ ਜੋ ਥੋੜ੍ਹੀਆਂ ਠੰਡੀਆਂ ਚੱਲਦੀਆਂ ਹਨ, ਧੁੱਪ ਵੀ ਇੰਨੀ ਮਹਿਸੂਸ ਨਹੀਂ ਹੋ ਰਹੀ। ਬਾਕੀ ਦੇਖੋ ਆ ਸਾਰੇ ਦਰਖਤ ਆ ਜਿਹੜੇ ਇਹ ਬਰਫ਼ ਵਾਲੇ ਹਨ, ਬਰਫੀਲੇ ਇਲਾਕਿਆਂ ਵਿੱਚ ਹੁੰਦੇ ਹਨ। ਬਾਕੀ ਤੁਸੀਂ ਇਸ ਸਥਾਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਉਚਾਈ 'ਤੇ ਹੋਵੇਗਾ ਬਾਬਾ ਜੀ ਦਾ ਸਥਾਨ। ਜਦੋਂ ਅਸੀਂ ਮਨੀਕਰਨ ਸਾਹਿਬ ਜਾਂਦੇ ਹੁੰਦੇ ਹਾਂ ਤਾਂ ਤਕਰੀਬਨ 3-4 ਕਿਲੋਮੀਟਰ ਪਹਿਲਾਂ ਤੋਂ ਇੱਦਾਂ ਦੇ ਦਰਖਤ ਸ਼ੁਰੂ ਹੁੰਦੇ ਹਨ, ਪਰ ਇਹੀ ਮਨੀਕਰਨ ਸਾਹਿਬ ਵਾਲਾ ਫੀਲਿੰਗ ਹੈ ਜੋ ਉਹ ਸਾਨੂੰ ਇੱਧਰ ਹੀ ਆ ਰਹੀ ਹੈ।
ਜੇ ਕਿਸੇ ਨੇ ਨਹੀਂ ਜਾਣਾ ਉੱਥੇ ਮਨੀਕਰਨ ਸਾਹਿਬ, ਤਾਂ ਇੱਥੇ ਆ ਕੇ ਆਪਣਾ ਦਰਸ਼ਨ ਕਰ ਸਕਦਾ ਹੈ। ਇੱਥੋਂ ਬਾਬਾ ਜੌਹੜ ਜੀ ਦਾ ਸਥਾਨ 3-4 ਕਿਲੋਮੀਟਰ ਪਿਆ ਹੈ ਹਾਲੇ। ਦੇਖੋ ਮੋੜ ਘੇੜ ਜੋ ਹਨ ਬਹੁਤ ਵਧੀਆ ਲੱਗ ਰਿਹਾ ਸਿਸਟਮ, ਆਪਣਾ ਆਰਾਮ ਨਾਲ ਜਾਓ, ਕੋਈ ਕਾਹਲੀ ਨਾ ਕਰੋ। ਪਹਾੜਾਂ ਵਿੱਚ ਆਏ ਹੋ ਤਾਂ ਆਪਣਾ ਜਿਹੜਾ ਇੰਜੋਇਮੈਂਟ ਵੀ ਕਰੋ, ਪਰ ਆਪਣੀ ਲਿਮਿਟ ਵਿੱਚ ਕਰੋ। ਵਾਤਾਵਰਨ ਦਾ ਆਨੰਦ ਮਾਣੋ, ਸ਼ੁੱਧ ਹਵਾ ਲਓ, ਅਤੇ ਨਾਲ ਦੀ ਨਾਲ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਵੀ ਕਰੋ। ਅਤੇ ਇੱਕ ਤੁਹਾਨੂੰ ਹੋਰ ਬੇਨਤੀ ਹੈ, ਬਾਬਾ ਜੀ ਦੇ ਸਥਾਨ 'ਤੇ ਜਾ ਕੇ ਸੇਵਾ ਵੀ ਕਰਿਆ ਕਰੋ, ਤਾਂ ਮਨ ਹੋਰ ਵੀ ਬਹੁਤ ਖੁਸ਼ ਹੁੰਦਾ ਹੈ, ਅਤੇ ਆਪਣਾ ਮਨ ਲੱਗਦਾ ਹੈ, ਦਿਲ ਖੁਸ਼ ਹੁੰਦਾ ਹੈ, ਅਤੇ ਮਨ ਨੂੰ ਸ਼ਾਂਤੀ ਵੀ ਬਹੁਤ ਮਿਲਦੀ ਹੈ। ਦੇਖੋ ਅੱਧਾ ਮਨ ਤਾਂ ਸਾਡਾ ਇੱਥੇ ਹੀ ਬਹੁਤ ਠੀਕ ਹੋ ਗਿਆ, ਖੁਸ਼ ਹੋ ਗਿਆ। ਜਿਹੜਾ ਇੱਧਰ ਦਾ ਵਾਤਾਵਰਨ ਆ ਪਹਾੜਾਂ ਦਾ, ਬਹੁਤ ਸਾਫ਼ ਹੈ ਆਪਣੇ ਇਲਾਕੇ ਨਾਲੋਂ। ਹਵਾ ਪਾਣੀ ਹੈ ਜੋ ਬਹੁਤ ਵਧੀਆ ਹੈ, ਇਸੇ ਲਈ ਅਸੀਂ ਤਾਂ ਆਉਂਦੇ ਰਹਿੰਦੇ ਹਾਂ 15 ਦਿਨ ਬਾਅਦ। ਇਸ ਤੋਂ ਬਾਅਦ ਸਾਡਾ ਸਫ਼ਰ ਸ਼ੁਰੂ ਹੋਵੇਗਾ ਮਨੀਕਰਨ ਸਾਹਿਬ ਦਾ, ਲੰਬੇ ਰੂਟ ਦਾ। ਪਰ ਪਹਿਲਾਂ ਤੁਹਾਨੂੰ ਇਹ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਕਰਵਾ ਦਈਏ ਇੱਕ ਵਾਰ, ਅਤੇ ਤੁਸੀਂ ਇੱਥੇ ਆਉਣਾ ਹੋਇਆ ਤਾਂ ਤੁਸੀਂ ਆ ਸਕਦੇ ਹੋ। ਅਸੀਂ ਬਰਸਾਤਾਂ ਵਿੱਚ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਇੱਕ ਇਸ ਸਥਾਨ ਦੀ। ਤੁਸੀਂ ਦੇਖਿਓ ਕਿ ਬੱਦਲ ਇੱਥੇ ਹੀ ਘੁੰਮ ਰਹੇ ਹੁੰਦੇ ਹਨ ਬਾਬਾ ਜੀ ਦੇ ਸਥਾਨ 'ਤੇ, ਇੰਨੀ ਉਚਾਈ 'ਤੇ ਸਥਾਨ ਹੈ ਬਾਬਾ ਜੀ ਦਾ। ਹੁਣ ਤਕਰੀਬਨ ਆਪਾਂ ਪਹੁੰਚਣ ਹੀ ਵਾਲੇ ਹਾਂ। ਬਾਕੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ। ਆ ਲਓ ਜੀ, ਜੋ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਬਾਬਾ ਜਵਾਹਰ ਜੀ ਦੇ ਸਥਾਨ ਜੌਹੜ ਜੀ ਦੀ ਹੈ, ਅਤੇ ਇੱਥੋਂ ਦੇਖ ਲਓ ਕਿੰਨੀ ਉਚਾਈ 'ਤੇ ਪਹੁੰਚ ਗਏ ਹਾਂ ਆਪਾਂ। ਦੇਖੋ ਪਹਾੜ ਕਿੰਨੇ ਦਿਖ ਰਹੇ ਹਨ ਇੱਧਰ ਸਾਈਡ 'ਤੇ, ਇਹ ਜੋ ਤੁਸੀਂ ਥੋੜ੍ਹਾ ਖਰਾਬ ਦੇਖ ਰਹੇ ਹੋ ਰੋਡ, ਇਹ ਪਿਛਲੀ ਵਾਰ ਜੋ ਬਾਰਿਸ਼ ਹੋਈ ਸੀ ਨਾ, ਕਾਫ਼ੀ ਹੋ ਗਈ ਸੀ ਬਾਰਿਸ਼, ਹੱਦ ਤੋਂ ਵੀ ਜ਼ਿਆਦਾ, ਇਸੇ ਲਈ ਥੋੜ੍ਹਾ ਜਿਹਾ ਰੋਡ ਖਰਾਬ ਹੋ ਗਿਆ ਹੈ, ਨਹੀਂ ਤਾਂ ਰੋਡ ਬਹੁਤ ਵਧੀਆ ਸਨ ਸਿਰੇ ਤੋਂ ਸਿਰੇ ਤੱਕ, ਬਹੁਤ ਰੋਡ ਵਧੀਆ ਸੀ। ਹੁਣ ਵੀ ਦੇਖ ਲਓ ਰੋਡ ਸਾਫ਼ ਹੈ ਸਾਰਾ, ਉਹ ਸਾਹਮਣੇ ਤੁਸੀਂ ਦੇਖ ਲਿਓ ਰੋਡ ਦਾ ਕੰਮ ਚੱਲ ਰਿਹਾ ਹੈ। ਜੇ ਕਿਤੇ ਰੋਡ ਖਰਾਬ ਵੀ ਹੈ ਤਾਂ ਉਹਨੂੰ ਵੀ ਠੀਕ ਕਰਨ ਦਾ ਕੰਮ ਚੱਲ ਰਿਹਾ ਹੈ, ਇਹ ਨਹੀਂ ਹੈ ਵੀ ਰੋਡ ਠੀਕ ਨਹੀਂ ਹੋਵੇਗਾ, ਠੀਕ ਹੋ ਜਾਵੇਗਾ ਕੁਛ ਟਾਈਮ ਤੱਕ। ਪਰ ਆਪਾਂ ਆਰਾਮ ਨਾਲ ਇੱਥੇ ਆ ਜਾ ਸਕਦੇ ਹਾਂ। ਦੇਖੋ ਕਿੱਡੀ ਬੜੀ ਬਿਲਡਿੰਗ ਹੈ, ਪੂਰਾ ਹਾਲ ਹੈ ਸੰਗਤ ਦੇ ਠਹਿਰਨ ਲਈ, ਕਮਰੇ ਬਣੇ ਹੋਏ ਹਨ, ਜੇ ਕਿਸੇ ਨੇ ਰਾਤ ਰੁਕਣਾ ਵੀ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਰਹਿਣ ਦੀ। ਸੰਗਤ ਜੀ ਇੱਥੇ 3 ਸਾਲ ਬਾਅਦ ਮੇਲਾ ਹੁੰਦਾ ਹੈ, ਉਸ ਬਾਰੇ ਅਸੀਂ ਪਤਾ ਕਰਕੇ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਹੁਣ ਮੇਲਾ ਕਦੋਂ ਹੋਣਾ ਹੈ, ਅਤੇ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ। ਇਹ ਦੇਖੋ ਰਸਤਾ ਥੋੜ੍ਹਾ ਖਰਾਬ ਸੀ, ਸੰਗਤ ਨੂੰ ਲੰਘਣ ਦੀ ਪ੍ਰੋਬਲਮ ਸੀ, ਇਸ ਵਾਰੀ ਠੀਕ ਕਰ ਰਹੇ ਹਾਂ। ਦੇਖੋ ਸੰਗਤ ਜੀ ਕਿੰਨਾ ਘੈਂਟ ਵਿਊ ਆ ਰਿਹਾ ਹੈ, ਬਹੁਤ ਮਨ ਖੁਸ਼ ਹੁੰਦਾ। ਦੇਖੋ ਪਹਾੜਾਂ ਵਿੱਚ ਜਾ ਕੇ ਕਿੰਨੀ ਉਚਾਈ 'ਤੇ ਆਪਾਂ ਆ ਗਏ ਹਾਂ। ਇਹ ਹੈਗਾ ਚੰਡੀਗੜ੍ਹ ਦੇ ਨੇੜੇ ਤੇੜੇ ਹੀ ਹੈ ਸਾਰਾ ਇਲਾਕਾ, ਘੰਟੇ ਕੁ ਦਾ ਸਫ਼ਰ ਹੋਵੇਗਾ ਸਾਰਾ ਚੰਡੀਗੜ੍ਹ ਤੋਂ। ਰੋਪੜ ਦਾ ਏਰੀਆ ਹੋ ਗਿਆ, ਚੰਡੀਗੜ੍ਹ ਦਾ ਏਰੀਆ ਹੋ ਗਿਆ, ਤੁਸੀਂ ਇੱਥੇ ਆਰਾਮ ਨਾਲ ਆ ਸਕਦੇ ਹੋ। ਗੁਰਦੁਆਰਾ ਜੌਹੜ ਜੀ
ਲਓ ਜੀ ਆਪਾਂ ਪਹੁੰਚ ਗਏ ਹਾਂ ਬਾਬਾ ਜੋਹੜ ਜੀ ਦੇ ਸਥਾਨ ਤੇ। ਵੈਸੇ ਇੱਥੇ ਵੀਡੀਓ ਬਣਾਉਣੀ ਅਲਾਊਡ ਨਹੀਂ ਹੈ, ਫਿਰ ਵੀ ਅਸੀਂ ਬਾਹਰੋਂ ਬਾਹਰੋਂ ਵੀਡੀਓ ਬਣਾਈ ਹੈ। ਬਾਬਾ ਜੀ ਨੇ ਮਨਾ ਕੀਤਾ ਹੋਇਆ ਇੱਥੇ ਵੀਡੀਓ ਨਹੀਂ ਬਣਾਉਣੀ। ਸਾਹਮਣੇ ਜੋ ਬਾਬਾ ਜੀ ਦੇ ਸਥਾਨ ਬਣੇ ਹੋਏ ਹਨ, ਇੱਦਾਂ ਹੀ ਹਰੀਪੁਰ ਸਾਹਿਬ ਵਾਲਿਆਂ ਦੇ ਸਥਾਨ ਬਣੇ ਹੋਏ ਹਨ। ਦੇਖੋ ਸੰਗਤ ਕਾਫੀ ਆਈ ਹੋਈ ਹੈ, ਅਜੇ ਵੀ ਸੋਮਵਾਰ ਦਾ ਦਿਨ ਹੈ, ਤਕਰੀਬਨ ਸਾਨੂੰ 1 ਵੱਜ ਗਿਆ ਹੈ ਪਹੁੰਚਣ ਲੱਗਿਆਂ ਨੂੰ। ਬਾਬਾ ਜੀ ਦੇ ਸਥਾਨ ਦੇ ਦਰਸ਼ਨ ਕਰੋ ਤੁਸੀਂ ਇਸ ਸਥਾਨ ਤੋਂ। ਹੁਣ ਅਸੀਂ ਜੋ ਸਥਾਨ ਹੈ ਬਿਲਡਿੰਗ ਬਣੀ ਹੋਈ ਹੈ ਉਸ ਤੋਂ ਵੀਡੀਓ ਬਣਾ ਰਹੇ ਹਾਂ। ਦੇਖੋ ਲਿਖਿਆ ਡੇਰਾ ਬਾਬਾ ਜੋਹੜ ਜੀ। ਸਾਨੂੰ ਤਾਂ ਰਹਿ ਕੇ ਇੱਥੇ ਬਹੁਤ ਮਨ ਖੁਸ਼ ਹੋਇਆ, ਮੌਸਮ ਹੀ ਬਹੁਤ ਵਧੀਆ ਲੱਗਿਆ ਇਸ ਸਥਾਨ ਦਾ। ਅਸੀਂ ਵੀਡੀਓ ਅੰਦਰ ਤੇ ਵੀ ਜਾ ਕੇ ਵੀ ਬਣਾਉਣੀ ਸੀ ਪਰ ਬਾਬਾ ਜੀ ਨੇ ਮਨਾ ਕਰ ਦਿੱਤਾ, ਇਸ ਲਈ ਅਸੀਂ ਬਾਹਰ ਤੋਂ ਘੁੰਮ ਫਿਰ ਕੇ ਤੁਹਾਨੂੰ ਦਿਖਾ ਰਹੇ ਹਾਂ। ਜਦੋਂ ਤੁਸੀਂ ਆਓਗੇ ਤਾਂ ਤੁਸੀਂ ਦਰਸ਼ਨ ਕਰ ਸਕਦੇ ਹੋ। ਸਾਡਾ ਦਿਲ ਤਾਂ ਬਹੁਤ ਕਰ ਰਿਹਾ ਸੀਗਾ ਵੀ ਅਸੀਂ ਅੰਦਰ ਤੋਂ ਵੀਡੀਓ ਬਣਾਈਏ ਪਰ ਬਾਬਾ ਜੀ ਨੇ ਮਨਾ ਕਰ ਦਿੱਤਾ ਵੀਡੀਓ ਬਣਾਉਣ ਨੂੰ, ਇਸ ਲਈ ਵੀਡੀਓ ਨਹੀਂ ਬਣਾ ਹੋਈ। ਦੇਖੋ ਕਿੰਨੀ ਉਚਾਈ 'ਤੇ ਬੈਠੇ ਹਾਂ ਆਪਾਂ, ਬਿਲਡਿੰਗ ਪੂਰੀ ਕਵਰ ਕਰੀ ਹੋਈ ਹੈ ਉਹਨਾਂ ਨੇ, ਕੋਈ ਜਾਨਵਰ ਅੰਦਰ ਨਹੀਂ ਆ ਸਕਦਾ, ਆਪਾਂ ਆਰਾਮ ਨਾਲ ਇੱਥੇ ਰਹਿ ਸਕਦੇ ਹਾਂ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ। ਆਪਾਂ ਨੂੰ ਕਮਰਾ ਮਿਲ ਜਾਂਦਾ ਹੈ, ਫੈਮਿਲੀ ਵਾਲਿਆਂ ਨੂੰ ਆਪਣਾ ਆਧਾਰ ਕਾਰਡ ਦਿਖਾਓ, ਆਪਣਾ ਆਰਾਮ ਨਾਲ ਰਹਿ ਸਕਦੇ ਹਾਂ। ਦੇਖੋ ਕਿੰਨੇ ਮੰਜ਼ਲੀ ਬਿਲਡਿੰਗ ਬਣੀ ਹੋਈ ਹੈ, ਸਾਰੀ ਸੰਗਤ ਲਈ ਹਾਲ ਬਣਿਆ ਹੋਇਆ ਹੈ। ਦੇਖੋ ਸਾਰੇ ਚਾਰੇ ਪਾਸੇ ਪਹਾੜ ਹੀ ਪਹਾੜ ਹਨ। ਜਦੋਂ ਇੱਕ ਬਾਰਿਸ਼ ਹੋ ਗਈ ਇੱਕ ਵਾਰ, ਇਹ ਸਾਰਾ ਹਰਿਆ ਭਰਿਆ ਇਲਾਕਾ ਹੋ ਜਾਵੇਗਾ। ਬਾਰਿਸ਼ ਤਾਂ ਹਲੇ ਸਾਡੇ ਪੰਜਾਬ ਵਿੱਚ ਵੀ ਨਹੀਂ ਹੋ ਰਹੀ, ਇਸ ਵਾਰੀ ਬਾਰਿਸ਼ ਬਹੁਤ ਘੱਟ ਹੋਈ ਹੈ। ਇਹ ਦੇਖੋ ਸੰਗਤ ਜੀ, ਆ ਬਾਬਾ ਜੀ ਦੇ ਅਲੱਗ ਅਲੱਗ ਸਥਾਨ ਬਣੇ ਹੋਏ ਹਨ। ਬਾਬਾ ਜੀ ਨੇ ਦੱਸਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਉਹ ਥੋੜ੍ਹਾ ਸਮਾਂ ਇੱਥੇ ਰੁਕੇ ਵੀ ਸਨ, ਅਤੇ ਉਹਨਾਂ ਨੇ ਕੌਡਾ ਰਾਖਸ਼ ਸੀ ਜੋ ਉਸਦਾ ਉਧਾਰ ਕੀਤਾ ਸੀ ਇਸ ਸਥਾਨ 'ਤੇ, ਅਤੇ ਉਸ ਦੇ ਰਿਲੇਟਡ ਹੀ ਜੋਹੜ ਜੀ ਬਣਿਆ ਹੋਇਆ ਹੈ, ਅਤੇ ਇੱਥੇ ਸੰਗਤ ਦੀਆਂ ਮਨੋਕਾਮਨਾਵਾਂ ਵੀ ਪੂਰਨ ਹੁੰਦੀਆਂ ਹਨ, ਅਤੇ ਸੰਗਤ ਇੱਥੇ ਲੰਗਰ ਵੀ ਲਗਾਉਂਦੀ ਹੈ ਅਤੇ ਆਪਣਾ ਸ਼ਰਧਾ ਭਾਵਨਾ ਨਾਲ ਤਿਲ ਫੁੱਲ ਭੇਟਾ ਵੀ ਕਰਦੀ ਹੈ। ਲਓ ਜੀ ਹੁਣ ਸੰਗਤ ਜੀ, ਅਸੀਂ ਕੁਛ ਟਾਈਮ ਠਹਿਰ ਕੇ ਹੁਣ ਚਾਲੇ ਪਾ ਦਿੱਤੇ ਹਨ, ਅਤੇ ਹੁਣ ਤੁਹਾਨੂੰ ਰਸਤੇ 'ਚ ਜਾਂਦੇ ਜਾਂਦੇ ਵਾਪਸੀ ਦਾ ਰਸਤਾ ਵੀ ਦਿਖਾ ਦਈਏ। ਜੇ ਕੁਛ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਕਰ ਦਿਓ, ਉਹ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ। ਜਿੰਨੀ ਜਿੰਨੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਇੰਨੀ ਹੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਦੇਖੋ ਅਸੀਂ 3-4 ਘੰਟੇ ਠਹਿਰੇ ਇੱਥੇ, ਬਹੁਤ ਵਧੀਆ ਮਨ ਲੱਗਿਆ ਸਾਡਾ ਇੱਥੇ। ਲਓ ਜੀ ਹੁਣ ਤੁਸੀਂ ਬਿਲਡਿੰਗ ਦੇਖੋ ਕਿੱਡੀ ਬੜੀ ਬਣੀ ਹੋਈ ਹੈ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਬੱਦਲ ਇਸ ਬਿਲਡਿੰਗ ਦੇ ਵਿੱਚ ਨੂੰ ਹੋ ਕੇ ਜਾਂਦਾ ਹੈ। ਸੰਗਤ ਜੀ ਦੇਖੋ ਇਸ ਰੋਡ ਦਾ ਕੰਮ ਵੀ ਚੱਲ ਰਿਹਾ ਹੈ, ਬਰਸਾਤ ਕਾਰਨ ਕਾਫੀ ਨੁਕਸਾਨ ਹੋ ਗਿਆ ਸੀਗਾ। ਦੇਖੋ ਬਿਲਡਿੰਗ ਤੱਕ ਪਹੁੰਚ ਗਿਆ ਸੀਗਾ ਜਿਹੜਾ
ਪਹਾੜ ਰੁੜਦਾ ਪਾਣੀ ਹੈ, ਇੱਥੇ ਪਾਣੀ ਦੇ ਵਹਾਓ ਕਰਕੇ ਨੁਕਸਾਨ ਹੋਇਆ ਹੋਣਾ ਕਾਫੀ। ਚਲੋ ਫਿਰ ਵੀ ਬਚਾਅ ਹੋ ਗਿਆ, ਚਲੋ ਬਾਬਾ ਜੀ ਬਚਾਓ ਰੱਖਣਗੇ। ਤੁਸੀਂ ਵਿਊ ਚੈੱਕ ਕਰੋ ਕਿੰਨਾ ਘੈਂਟ ਵਿਊ ਆ ਰਿਹਾ ਹੈ, ਦੇਖੋ ਹਵਾ ਪਾਣੀ ਬਹੁਤ ਘੈਂਟ ਹੈ, ਇੱਥੇ ਦਾ ਸਾਫ਼ ਪਿਆ ਸਾਰਾ ਸਿਸਟਮ। ਬਸ ਜੀ ਕਰਦਾ ਇੱਥੇ ਕਾਫੀ ਦੋ ਚਾਰ ਦਿਨ ਲਗਾ ਕੇ ਜਾਈਏ, ਪਰ ਪਿੱਛੋਂ ਘਰ ਵੀ ਦੇਖਣਾ ਹੁੰਦਾ ਹੈ, ਤੁਹਾਨੂੰ ਪਤਾ ਹੈ। ਤੁਸੀਂ ਵੀ ਜ਼ਰੂਰ ਆਓ ਇੱਥੇ, ਕੋਈ ਚੱਕਰ ਨਹੀਂ ਹੈ ਰਹਿਣੇ ਪੀਣੇ ਦਾ, ਖਾਣੇ ਪੀਣਾ ਜੋ ਵੀ ਹੈ। ਲੰਗਰ ਬਹੁਤ ਵਧੀਆ ਤਰ੍ਹਾਂ ਦਾ ਬਣਦਾ ਹੈ ਇੱਥੇ, ਕਾਫੀ ਤਰ੍ਹਾਂ ਦਾ ਲੰਗਰ ਬਣਦਾ ਹੈ। ਇੱਕ ਵਾਰ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਹਨ, ਤੁਸੀਂ ਆ ਕੇ ਦੇਖਿਓ। ਹੁਣ ਮੈਂ ਕੁਛ ਨਹੀਂ ਦੱਸਣਾ, ਤੁਸੀਂ ਲੰਗਰ ਛੱਕ ਕੇ ਦੱਸਿਓ ਵੀ ਕਿਵੇਂ ਦਾ ਤੁਹਾਨੂੰ ਲੰਗਰ ਲੱਗਿਆ ਇੱਥੇ। ਸਾਡਾ ਤਾਂ ਮਨ ਬਹੁਤ ਖੁਸ਼ ਹੋਇਆ, ਇਸ ਲਈ ਅਸੀਂ ਜਦੋਂ ਵੀ ਸਾਡਾ ਗੇੜਾ ਲੱਗਦਾ ਹੈ ਅਸੀਂ ਇਸ ਥਾਂ 'ਤੇ ਜ਼ਰੂਰ ਆ ਕੇ ਜਾਂਦੇ ਹਾਂ। ਇਸ ਲਈ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਤੁਸੀਂ ਵੀ ਇਸ ਥਾਂ 'ਤੇ ਜ਼ਰੂਰ ਆ ਕੇ ਜਾਓ। ਬਹੁਤ ਵਧੀਆ ਲੱਗਿਆ ਸਾਨੂੰ ਤਾਂ ਇਸ ਸਥਾਨ 'ਤੇ ਆ ਕੇ। ਬਾਕੀ ਜੋ ਪਹਾੜਾਂ ਦਾ ਨਜ਼ਾਰਾ ਹੈ ਉਹ ਤੁਹਾਨੂੰ ਪਤਾ ਹੀ ਹੈ, ਕਿੰਨਾ ਵਧੀਆ ਮੌਸਮ ਹੁੰਦਾ ਹੈ, ਸਾਰਾ ਕੁਦਰਤੀ, ਬਹੁਤ ਮਨ ਖੁਸ਼ ਹੁੰਦਾ ਇਸ ਸਥਾਨ 'ਤੇ ਆ ਕੇ। ਸੰਗਤ ਜੀ ਸਾਡੀ ਨੈਕਸਟ ਵੀਡੀਓ ਮਨੀਕਰਨ ਸਾਹਿਬ ਦੀ ਆਵੇਗੀ, ਜਾਂ ਫਿਰ ਇਸ ਸਥਾਨ ਤੋਂ ਜਾਣ ਤੋਂ ਬਾਅਦ ਜੇ ਕੋਈ ਹੋਰ ਵੀਡੀਓ ਹੋਈ ਤਾਂ ਉਹ ਪਾਵਾਂਗੇ। ਵੀ ਅਸੀਂ ਰੋਪੜ ਤੋਂ ਆਪਣਾ ਸਫ਼ਰ ਸ਼ੁਰੂ ਕਰਨਾ ਹੈ, ਤਾਂ ਉਸ ਸਥਾਨ ਤੋਂ ਹੀ ਅੱਗੇ ਜਾਂਦੇ ਜਾਂਦੇ ਤੁਹਾਨੂੰ ਸਾਰੇ ਰਸਤਾ ਦੇ ਦਿਖਾਵਾਂਗੇ, ਜੋ ਜੋ ਵਧੀਆ ਇਲਾਕਾ ਹੋਇਆ ਤੁਹਾਨੂੰ ਜ਼ਰੂਰ ਦਿਖਾਵਾਂਗੇ। ਪਹਾੜਾਂ ਦੀ ਸੈਰ ਤੁਹਾਨੂੰ ਘਰ ਬੈਠੇ ਹੀ ਕਰਵਾਵਾਂਗੇ। ਤੁਸੀਂ ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਸਾਡੀ ਵੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਲਓ ਜੀ ਹੁਣ ਅਸੀਂ ਹਰੀਪੁਰ ਸਾਹਿਬ ਪਹੁੰਚਣ ਵਾਲੇ ਹਾਂ, ਹੁਣ ਇਸ ਸਥਾਨ 'ਤੇ ਦਰਸ਼ਨ ਕਰਕੇ ਫਿਰ ਅਸੀਂ ਆਪਾਂ ਘਰ ਨੂੰ ਚਾਲੇ ਪਾਵਾਂਗੇ। ਤਾਂ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਹਨ, ਜੇ ਕੋਈ ਕਮੀ ਪੇਸ਼ੀ ਹੈ ਤਾਂ ਜ਼ਰੂਰ ਦੱਸਿਓ। ਹਾਲੋ ਜੀ ਬਾਬਾ ਜੀ ਦੇ ਸਥਾਨ 'ਤੇ ਦਰਸ਼ਨ ਕਰਨ ਚੱਲੇ ਹਾਂ ਅਸੀਂ। ਸੰਗਤ ਜੀ ਇੱਥੇ ਸ਼ਨੀਵਾਰ ਸ਼ਾਮ ਨੂੰ ਸੰਗਤ ਬਹੁਤ ਆਉਂਦੀ ਹੈ, ਅਤੇ ਸਵੇਰੇ ਦਰਸ਼ਨ ਕਰਕੇ ਆਪਣਾ ਘਰ ਨੂੰ ਚਲੇ ਜਾਂਦੇ ਹਨ ਜੋ ਦੂਰੋਂ ਆਉਂਦੀ ਹੈ ਸੰਗਤ। ਜਿਹੜੇ ਲੋਕਲ ਹਨ ਉਹ ਤਾਂ ਐਤਵਾਰ ਨੂੰ ਹੀ ਆਉਂਦੇ ਹਨ, ਪਰ ਜੇ ਤੁਸੀਂ ਦੂਰ ਤੋਂ ਆਉਣਾ ਹੈ ਤਾਂ ਇੱਕ ਦਿਨ ਪਹਿਲਾਂ ਆਓ, ਰਾਤ ਇੱਥੇ ਰੁਕੋ, ਅਤੇ ਆਪਣਾ ਸਵੇਰੇ ਅਰਦਾਸ ਹੁੰਦੀ ਹੈ, ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਵੋ। ਇੱਥੇ ਵੀ ਵੀਡੀਓ ਬਣਾਉਣੀ ਅਲਾਊਡ ਨਹੀਂ ਹੈ। ਲਓ ਜੀ ਅਸੀਂ ਇੱਥੇ ਆਪਣੀ ਬਾਈਕ ਲਗਾ ਕੇ ਬਾਬਾ ਜੀ ਦੇ ਦਰਸ਼ਨ ਕਰੀਏ। ਲਓ ਜੀ ਹੁਣ ਉੱਥੇ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਫਿਰ ਵਾਪਸ ਨੀਚੇ ਆ ਗਏ ਹਾਂ। ਇਹ ਤੁਸੀਂ ਗੇਟ ਯਾਦ ਰੱਖਿਓ ਬਾਬਾ ਹਰੀਪੁਰ ਸਾਹਿਬ ਵਾਲਿਆਂ ਦਾ, ਜੈ ਬਾਬਾ ਜਵਾਹਰ ਜੀ ਦੀ। ਤਾਂ ਕਿਵੇਂ ਸਾਡੀ ਵੀਡੀਓ ਲੱਗੀ ਤਾਂ ਜ਼ਰੂਰ ਦੱਸਿਓ।
ਸਾਡੀ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਸਾਡੀ ਨੂੰ। ਹੁਣ ਹਨੇਰਾ ਤਕਰੀਬਨ ਹੋਣ ਵਾਲਾ ਹੀ ਹੈ ਅਤੇ ਸਾਹਮਣੇ ਟੂਲ ਟੈਕਸ ਵੀ ਆਉਂਦਾ ਹੈ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।